ਰਾਈਟ ਸੋ ਭਾਜੀ ਸਾਨੂੰ ਪਤਾ ਸੀਗਾ ਵੀ ਤੁਹਾਡੀ 2 ਤਰੀਕ ਨੂੰ ਫਿਲਮ ਰਿਲੀਜ਼ ਹੋਣੀ ਸੀ ਹਾਂ ਸ਼ੁੱਕਰਵਾਰ ਸੋ ਤੁਸੀਂ ਹੁਣ ਲਾਈਵ ਹੋ ਕੇ ਰਾਤ ਦੇ ਅਪਡੇਟ ਦਿੱਤੀ ਸੀ ਵੀ ਹੁਣ 3 ਤਰੀਕ ਨੂੰ ਹੋ ਗਈ ਜੀ ਹਾਂਜੀ ਇੱਕ ਦਿਨ ਲੇਟ ਕਿਹੜੇ ਉਹ ਕਰਨ ਰਹੇ ਨੇ ਗੱਲ ਨੂੰ ਗੋਲ ਮੋਲ ਕੀਤੇ ਬਿਨਾਂ ਸਿੱਧੇ ਸ਼ਬਦਾਂ ਦੇ ਵਿੱਚ ਤੁਸੀਂ ਦੱਸੋ ਵੀ ਕੀ ਹੋਇਆ ਸੀਗਾ ਸਾਹਿਬ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਹਿਲਾਂ ਹੀ ਮੈਂ ਤਾਂ ਯਾਰ ਜ਼ਿਆਦਾ ਨਹੀਂ ਨਹੀਂ ਗੋਲ ਮੋਲ ਮੈਂ ਕਰਦਾ ਹੀ ਨਹੀਂ ਗਾ ਯਾਰ ਮੈਨੂੰ ਤਾਂ ਕਹਿੰਦੇ ਆ ਗੋਲ ਮੋਲ ਕਰਕੇ ਬੋਲਿਆ ਕਰ ਪਰ ਤੁਸੀਂ ਸਾਰੇ ਜਾਣੇ ਜਾਣਦੇ ਹੋ ਕਿ ਮੈਂ ਪਹਿਲਾਂ ਵੀ ਇੰਟਰਵਿਊਆਂ ਦੇ ਵਿੱਚ ਦੱਸਿਆ ਕਿ ਸਾਡੀ ਜਿਹੜੀ ਫਿਲਮ ਆ ਬੰਦ ਕਰਨੇ ਪੈਣੇ ਤੇ ਮੈਂ ਪਹਿਲਾਂ ਉਹਨਾਂ ਨੂੰ ਮੈਸੇਜ ਵੀ ਕੀਤੇ ਆ ਮੇਰੇ ਕੋਲ ਮੈਸੇਜਿਸ ਵੀ ਨੇ ਮੈਂ ਮੈਸੇਜਿਸ ਵੀ ਦਿਖਾ ਦੂੰਗਾ ਐਕਟਰ ਨੂੰ ਵੀ ਜਸਵੀਰ ਨੇ ਵੀ ਗੱਲ ਕੀਤੀ ਆ ਫੋਨ 'ਤੇ ਉਹਨਾਂ ਦੇ ਜਿਹੜੇ ਡਿਸਟ੍ਰੀਬਿਊਟਰ ਉਹਨਾਂ ਨੂੰ ਵੀ ਕਿ ਬਾਈ ਇੱਦਾਂ ਨਾ ਕਰੋ ਕਿ ਸਾਡੀ ਫਿਲਮ ਦਾ ਨੁਕਸਾਨ ਹੋ ਜਾਣਾ ਅਸੀਂ ਬਹੁਤ ਮਿਹਨਤ ਕਰਕੇ ਕਿਉਂਕਿ ਵੀਰੇ ਉਹਨਾਂ ਦੀ ਪਹਿਲੀ ਫਿਲਮ ਆ ਅਤੇ ਇੰਨੇ ਖੁੱਲ੍ਹ ਕੇ ਕੋਈ ਬੰਦਾ ਕੋਈ ਪ੍ਰੋਡਿਊਸਰ ਪਹਿਲੀ ਫਿਲਮ 'ਚ ਨਹੀਂ ਆਉਂਦਾ ਹੁੰਦਾ ਹਰ ਬੰਦਾ ਡਰ ਡਰ ਕੇ ਤੋੜ ਕੇ ਪੈਸੇ ਲਾਉਂਦਾ ਸੋ ਉਹਨਾਂ ਨੇ ਬੇਪਰਵਾਹ ਹੋ ਕੇ ਇਸ ਫਿਲਮ ਦੇ ਉੱਤੇ ਪੈਸੇ ਲਾਏ ਉਹ ਫਿਲਮ ਇਸ ਕਰਕੇ ਨਹੀਂ ਲਾਏ ਕਿ ਅਸੀਂ ਫਿਲਮ 'ਚੋਂ ਇੰਨੇ ਪੈਸੇ ਕਮਾ ਲਈਏ ਇਸ ਕਰਕੇ ਲਾਏ ਕਿ ਪੰਜਾਬੀ ਸਿਨੇਮੇ ਦੇ ਵਿੱਚ ਅਸੀਂ ਵਧੀਆ ਫਿਲਮ ਬਣਾਈਏ ਸੋ ਜਿਹੜੇ ਆਲਰੇਡੀ ਜਿਹੜੇ ਨੇ ਨਾਲ ਲਈ ਸੀ ਫਿਲਮ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਰਿਕੁਐਸਟ ਵੀ ਕੀਤੀ ਬੇਨਤੀ ਵੀ ਕੀਤੀ ਪਰ ਤੁਹਾਨੂੰ ਪਤਾ ਕਿਸੇ ਨੇ ਗੱਲ ਮੰਨੀ ਨਹੀਂ ਸੋ ਸਾਡੇ ਨਾਲ ਫਿਲਮ ਲਾਈ ਪਹਿਲਾਂ ਸਾਡਾ ਉਹ ਨੁਕਸਾਨ ਕੀਤਾ ਉਸ ਨੁਕਸਾਨ ਦਾ ਉਹ ਨੁਕਸਾਨ ਇੱਦਾਂ ਹੁੰਦਾ ਇਹ ਨਹੀਂ ਹੁੰਦਾ ਕਿ ਫਿਲਮ ਤਾਂ ਤੁਸੀਂ ਦੇਖ ਹੀ ਲਈ ਆ ਹੈ ਨਾ ਸਾਰਿਆਂ ਨੇ ਹਾਊਸਫੁੱਲ ਚੱਲੇ ਗਏ ਕਹਿੰਦੇ ਅੱਜ ਸਾਰੇ ਸੋ ਉਹਨਾਂ ਨੇ ਆਪਦਾ ਨੁਕਸਾਨ ਤਾਂ ਕੀ ਕਰਨਾ ਸੀ ਉਹਨਾਂ ਨੇ ਸਾਡਾ ਬਹੁਤ ਨੁਕਸਾਨ ਕੀਤਾ ਕੋਲੋਂ ਪੈਸੇ ਨਹੀਂ ਲੱਗੇ ਸੀ ਸਾਡੇ ਸ਼ੋਆਂ ਦਾ ਨੁਕਸਾਨ ਕੀਤਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਚੀਜ਼ ਲਿਮਿਟ ਤੋਂ ਨਹੀਂ ਹੋ ਸਕਦੀ ਅਤੇ ਸਾਡਾ ਜਿਹੜਾ ਸੈਂਸਰ ਸੀ ਉਹ ਵੀ ਲਗਾ ਤਾ ਕੱਲ੍ਹ ਸੋ ਸਾਨੂੰ ਕੱਲ੍ਹ ਮਿਲਣਾ ਸੀ ਸੈਂਸਰ ਵੀਰਵਾਰ ਸ਼ਾਮ ਨੂੰ ਮਿਲਣਾ ਸੀ ਅਸੀਂ ਉਹ ਵੀਰਵਾਰ ਨਹੀਂ ਅਪਲਾਈ ਕੀਤਾ 20 ਤਰੀਕ ਦਾ ਅਪਲਾਈ ਕੀਤਾ ਹੋਇਆ ਇਹ ਵੀ ਨਹੀਂ ਕਿ ਅਸੀਂ ਲੇਟ ਸੀ ਸਾਡੀ ਫਿਲਮ ਫਰਵਰੀ ਦੀ ਰੈਡੀ ਹੋਆ ਸਾਰੀ ਐਡਿਟ ਹੋਈ ਸੀ ਸੋ ਜਿਹੜਾ ਬੜਾ ਨਲੈਕੀ ਜਿਹਾ ਵਾਲਾ ਰੀਜ਼ਨ ਆ ਮਤਲਬ ਕਿ ਸਾਡੇ ਸੈਂਸਰ 'ਤੇ ਸਾਈਨ ਹੀ ਨਹੀਂ ਹੋਏ ਸੋ ਲੇਟ ਕਰਾਤਾ ਸੋ ਅਸੀਂ ਸਾਰੇ ਨਵੇਂ ਬੰਦੇ ਹਾਂ ਸਾਡੇ ਕੋਈ ਐਡੇ ਕਨੈਕਸ਼ਨ ਨਹੀਂ ਹੈਗੇ ਵਿੱਚ ਇਹਨਾਂ ਚੀਜ਼ਾਂ ਦੇ ਉਹਨਾਂ ਬੰਦਿਆਂ ਦੇ ਹੋ ਸਕਦੇ ਨੇ ਜਿਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ਪਹਿਲਾਂ ਬਣਾਈਆਂ ਅਤੇ ਪ੍ਰੋਡਿਊਸ ਕੀਤੀਆਂ ਉਹਨਾਂ ਦੇ ਬੰਦੇ ਉਹਦੇ ਵਿੱਚ ਸੋ ਅਸੀਂ ਜਿਵੇਂ ਵੀ ਕਰਕੇ ਉਸ ਚੀਜ਼ ਨੂੰ ਪਾਰ ਕੀਤਾ ਆ ਸਾਰੀ ਟੀਮ ਨੇ ਬੜੀ ਹਿੰਮਤ ਕੀਤੀ ਆ ਕਿ ਇਹ ਸਾਰੀ ਚੀਜ਼ ਦੇ ਵਿੱਚੋਂ ਨਿਕਲਿਆ ਜਾਵੇ ਕਿਉਂਕਿ ਸ਼ੁੱਕਰਵਾਰ ਅੱਜ ਮੇਰੇ ਕੋਲ ਵੀਡੀਓਜ਼ ਆਈਆਂ ਨੇ ਵੀਰੇ ਨੇ ਪਾਈਆਂ ਵੀ ਨੇ ਸਨੈਪਚੈਟ 'ਤੇ ਵੀ ਅਸੀਂ ਸ਼ੇਅਰ ਵੀ ਕੀਤੀਆਂ ਲੋਕ ਨਾ ਜਦੋਂ ਘਰੋਂ ਫਿਲਮ ਦੇਖਣ ਆਉਂਦੇ ਨੇ ਅਤੇ ਮੁੜ ਜਾਂਦੇ ਨੇ ਥੀਏਟਰ 'ਚੋਂ ਇਹ ਬਹੁਤ ਵੱਡਾ ਮਤਲਬ ਪਾਪ ਆ ਯਾਰ ਕਿ ਬੰਦੇ ਦੇ ਮੇਰੀਆਂ ਅੱਖਾਂ 'ਚ ਮੈਂ ਸੱਚੀ ਤੁਹਾਨੂੰ ਸਾਰਿਆਂ ਨੂੰ ਦੱਸਦਾ ਜਦੋਂ ਮੈਂ ਕਦੀ ਘਬਰਾਉਣ ਵਾਲਾ ਬੰਦਾ ਨਹੀਂ ਹੈਗਾ ਨਾ ਮੈਂ ਘਬਰਾਉਂਦਾ ਨਾ ਮੈਨੂੰ ਕੋਈ ਚੱਕਰ ਆ ਪਰ ਜਦੋਂ ਅੱਜ ਲੋਕ ਮੁੜਦੇ ਦੇਖੇ ਸੀ ਨਾ ਟਿਕਟ ਵਿੰਡੋ ਤੋਂ ਸ਼ੁੱਕਰਵਾਰ ਨੂੰ ਤਾਂ ਮੇਰੀ ਸੱਚੀਆਂ ਆਪਦੀਆਂ ਅੱਖਾਂ ਭਰ ਆਈਆਂ ਸੀ ਕਿਉਂਕਿ ਯਾਰ ਉਹ ਸਾਰੇ ਲੋਕ ਨਾ ਮੋਟਰਸਾਈਕਲਾਂ 'ਤੇ 15-15, 20-20 ਕਿਲੋਮੀਟਰ ਦੂਰੋਂ ਪਿੰਡਾਂ 'ਚੋਂ ਯਾਰ ਥੀਏਟਰ ਤੱਕ ਜਾਂਦੇ ਨੇ ਸੋ ਕਈਆਂ ਤੱਕ ਮੇਰੀ ਗੱਲ ਨਹੀਂ ਪਹੁੰਚੀ ਸੀ ਕਿ ਸਾਡੀ ਫਿਲਮ ਨਹੀਂ ਆ ਰਹੀ ਸੋ ਜਿਹੜੇ ਵੀ ਬੰਦੇ ਗਏ ਸੀ ਉਹ ਬੰਦਿਆਂ ਨੂੰ ਜਦੋਂ ਮੈਂ ਦੇਖਿਆ ਨਾ ਤਾਂ ਉਹ ਮੇਰੀ ਅੰਦਰੋਂ ਸੱਚੀ ਰੂਹ ਨੂੰ ਦੁੱਖ ਲੱਗਿਆ ਕਿ ਯਾਰ ਇੱਦਾਂ ਕਿਉਂ ਹੋਇਆ ਸੋ ਪਹਿਲਾਂ ਉਹਨਾਂ ਸਾਰਿਆਂ ਤੋਂ ਮਾਫ਼ੀ ਜਿਹੜੇ ਅੱਜ ਸ਼ੁੱਕਰਵਾਰ ਫਿਲਮ ਦੇਖਣ ਗਏ ਸੀ ਅਤੇ ਉਹਨਾਂ ਨੂੰ ਅੱਜ ਫਿਲਮ ਨਹੀਂ ਲੱਗੀ ਦੇਖੀ ਦੂਜੀ ਮੈਂ ਚਾਹੁੰਦਾ ਵੀ ਹਾਂ ਯਾਰ ਤੁਸੀਂ ਸਾਰੇ ਸਪੋਰਟ ਕਰਿਓ ਹੁਣ ਸ਼ਨੀਵਾਰ ਨੂੰ ਸ਼ੁੱਕਰਵਾਰ ਨਹੀਂ ਆ ਰਹੀ ਸ਼ਨੀਵਾਰ ਆ ਰਹੀ ਅਸੀਂ ਸਾਰੀ ਟੀਮ ਦਾ ਜ਼ੋਰ ਲੱਗਿਆ ਡਾਇਰੈਕਟਰ ਪ੍ਰੋਡਿਊਸਰ ਅਤੇ ਇਲਾਵਾ ਵੀ ਬੜੀ ਦੁਨੀਆ ਦਾ ਜ਼ੋਰ ਲੱਗਿਆ ਜਿਨ੍ਹਾਂ ਨੇ ਇਸ ਫਿਲਮ ਦੇ ਵਿੱਚ ਸਾਡੇ ਸੈਂਸਰ 'ਚ ਹੈਲਪ ਕੀਤੀ ਸਾਨੂੰ ਫਿਲਮ ਦੇ ਵਿੱਚ ਸੈਂਸਰ ਦਵਾਇਆ ਸੋ ਉਹਨਾਂ ਸਾਰਿਆਂ ਦੀ ਵੀ ਮਿਹਨਤ ਹੈ ਅਤੇ ਜਿਹੜੇ ਲੋਕ ਸ਼ੁੱਕਰਵਾਰ ਆ ਕੇ ਖਰਾਬ ਹੋਏ ਉਹਨਾਂ ਦਾ ਯਾਰ ਹੌਸਲਾ ਨਾ ਟੁੱਟੇ ਸੋ ਮੈਂ ਚਾਹੁੰਦਾ ਤੁਸੀਂ ਸਾਰੇ ਜਾਣੇ ਸ਼ਨੀਵਾਰ ਨੂੰ ਫਿਲਮ ਦੇਖਿਓ ਤੁਸੀਂ ਫਿਲਮ 'ਤੇ ਬੜੀ ਮਿਹਨਤ ਕੀਤੀ ਆ ਸੋ ਜੇ ਤੁਸੀਂ ਫਿਲਮ ਦੇਖੋਗੇ ਯਾਰ ਤੁਹਾਨੂੰ ਆਪ ਨੂੰ ਲੱਗੂਗਾ ਕਿ ਇੱਦਾਂ ਨਹੀਂ ਹੋਣਾ ਚਾਹੀਦਾ ਸੀ ਸੋ ਇਹ ਜਿਹੜਾ ਧੱਕਾ ਇਹ ਤਾਂ ਚੱਲਦਾ ਹੀ ਰਹਿੰਦਾ ਸੋ ਮੈਂ ਤਾਂ ਸ਼ਰੇਆਮ ਵੀ ਦੱਸਿਆ ਕਿ ਜੋ ਵੀ ਹੋਇਆ ਸਾਰੀ A to Z ਗੱਲ ਦੱਸੀ ਆ ਤੁਹਾਨੂੰ ਸਿਰਫ ਇਹ ਗੱਲ ਨਹੀਂ ਦੱਸੀ ਕਿ ਰੁਕਾਇਆ ਕਿੱਦਾਂ ਠੀਕ ਹੈ ਇਹ ਮੈਂ ਬਾਅਦ 'ਚ ਦੱਸ ਦੂੰਗਾ ਹੁਣ ਇੰਨੀ ਵੀ ਮਤਲਬ ਮੈਂ ਚਾਹੁੰਦਾ ਫਿਲਮ ਦੇ ਬਾਰੇ ਜ਼ਿਆਦਾ ਗੱਲ ਕਰਾਂ ਸੋ ਰੁਕਾਇਆ ਕਿੱਦਾਂ ਉਹ ਵੀ ਦੱਸ ਦੂੰਗਾ ਪਰ ਇੱਕ ਦਿਨ ਜਿਹੜਾ ਲੇਟ ਹੋਇਆ ਅਤੇ ਜਿਹੜਾ ਨੁਕਸਾਨ ਹੋਇਆ ਇਹ ਸਾਰੀ ਦੀ ਸਾਰੀ ਕਾਰਜਕਾਰੀ ਉਹਨਾਂ ਦੀ ਹੋਈ ਹੈ ਵਿਦ ਪ੍ਰੂਫ ਗੱਲ ਕਰ ਸਕਦਾ ਮੈਂ ਇਹਦੇ ਬਾਰੇ ਜੇ ਵੀਰੇ ਤੁਹਾਨੂੰ ਸੱਚੀ ਲੱਗਦਾ ਕੋਈ ਕਿਸੇ ਬੰਦੇ 'ਚ ਇੰਨੀ ਪਾਵਰ ਹੁੰਦੀ ਹੈ ਕਿ ਕਿਸੇ ਦੀ ਮਿਹਨਤ ਨੂੰ ਇੱਦਾਂ ਰੁਕਵਾਇਆ ਜਾਵੇ ਜਾਂ ਸੈਂਸਰ ਬੋਰਡ 'ਤੇ ਕੋਈ ਬੰਦਾ ਇੱਕ ਧਿਰ ਹਾਵੀ ਹੋ ਜਾਵੇ ਵੀਰੇ ਆਪਾਂ ਨਾ ਬੜੇ ਬੇਵਕੂਫ ਹਾਂ ਜਦੋਂ ਮੈਂ ਬੜਾ ਬੇਵਕੂਫ ਹਾਂ ਮੈਂ ਕਹਿ ਦਿੰਦਾ ਯਾਰ ਫਲਾਣੇ ਬੰਦੇ ਨੇ ਐਂ ਕਰਤਾ ਉਹ ਬੜੇ ਸਿਆਣੇ ਲੋਕ ਨੇ ਉਹ ਕਹਿੰਦੇ ਨੇ ਅਸੀਂ ਤੁਹਾਡੇ ਨਾਲ ਆ ਜਦੋਂ ਐਂ ਕਹਿੰਦਾ ਨਾ ਬੰਦਾ ਅਸੀਂ ਤੁਹਾਡੇ ਨਾਲ ਆ
ਜਿਹੜਾ ਮੈਸੇਜ ਆਇਆ ਨਾ ਉਹਨਾਂ ਵੱਲੋਂ ਮੇਰੇ ਫੋਨ 'ਚ ਮੈਸੇਜ ਆ, ਉਹਦੇ 'ਚ ਵੀ ਲਾਸਟ ਮੈਸੇਜ ਉਹਨਾਂ ਦਾ ਇਹੀ ਹੈ, ਅਸੀਂ ਤਾਂ ਤੁਹਾਡੇ ਨਾਲ ਆ। ਜਿਨ੍ਹਾਂ ਨੇ ਨਾਲ ਫਿਲਮ ਲਾਈ ਉਹਨਾਂ ਦਾ ਆਖਰੀ ਮੈਸੇਜ ਵੀ ਇਹ, ਅਸੀਂ ਤੁਹਾਡੇ ਨਾਲ ਆ। ਸੋ ਜਦੋਂ ਬੰਦੇ ਇਹੋ ਜਿਹੇ ਹੁੰਦੇ ਨਾ, ਉਹ ਉਹਨਾਂ ਨੇ ਕੁਛ ਨਹੀਂ ਕਰਨਾ, ਉਹਨਾਂ ਨੇ ਸਿਰਫ ਇੰਨਾ ਹੀ ਕਹਿਣਾ, ਜਿਨ੍ਹਾਂ ਦੀਆਂ ਸਾਲ ਦੇ ਵਿੱਚ 15 ਫਿਲਮਾਂ ਸੈਂਸਰ 'ਚੋਂ ਲੰਘਣੀਆਂ ਹੁੰਦੀਆਂ ਨਾ, ਸੋ ਉਹਨਾਂ ਦੇ ਵਧੀਆ ਕਨੈਕਸ਼ਨ ਬਣੇ ਹੁੰਦੇ ਨੇ, ਉਹਨਾਂ ਨੇ ਇੰਨਾ ਹੀ ਕਹਿਣਾ ਇੱਕ ਦਿਨ ਲੇਟ ਕਰ ਦਿਉ। ਸੋ ਇੱਕ ਦਿਨ ਲੇਟ ਕਰਨ ਲਈ ਕੋਈ ਰੀਜ਼ਨ ਨਹੀਂ ਹੁੰਦਾ, ਸੈਣੀ ਨੇ ਉਹ ਕਹਿ ਦੇਣਗੇ ਯਾਰ ਅੱਜ ਨਹੀਂ ਕਰਨੇ ਕੱਲ੍ਹ ਕਰ ਦਾਂਗੇ। ਉਹ 'ਚ ਤੁਸੀਂ ਕਮਾਂਡ ਨਹੀਂ ਕਰ ਸਕਦੇ, ਕਿਸੇ ਨੂੰ ਡਿਮਾਂਡ ਨਹੀਂ ਕਰ ਸਕਦੇ, ਕਿਉਂਕਿ ਉੱਥੇ ਉਹ ਸੈਂਟਰ ਬੋਰਡ ਆ, ਸੈਂਟਰ ਸਰਕਾਰ ਦਾ ਹੱਕ ਆ, ਉਹ ਕੋਈ ਸਰਕਾਰੀ ਕੰਮ ਨਹੀਂ ਹੈਗਾ, ਮਤਲਬ ਕਿ ਜਿਹਦੇ 'ਤੇ ਅਸੀਂ ਸਿਫਾਰਸ਼ ਪਾ ਲਈਏ, ਉੱਥੇ ਕਨੈਕਸ਼ਨ ਦੇ ਨਾਲ ਹੀ ਕੰਮ ਹੁੰਦਾ। ਨਹੀਂ ਨਹੀਂ, ਸ਼ੁਰੂ ਤੋਂ ਹੀ ਭਾਅ ਜੀ, ਪਹਿਲੇ ਦਿਨ ਤੋਂ ਹੀ, ਜਿੱਦਣ ਸ਼ੂਟ ਸ਼ੁਰੂ ਹੋਇਆ ਉਸ ਦਿਨ ਤੋਂ ਹੀ ਮੈਡਲ ਨਾਮ ਸੀਗਾ, ਕੋਈ ਨਾਮ ਨਹੀਂ ਚੇਂਜ ਹੋਇਆ, ਕੋਈ ਕੁਛ ਨਹੀਂ ਸੀ। ਤੁਸੀਂ ਆਪ ਜਾਣਦੇ ਹੋ, ਪਰਮਾਤਮਾ ਜਾਣਦਾ, ਜਿੰਨੀ ਲੋਕਾਂ ਨੂੰ ਇਸ ਫਿਲਮ ਦੀ ਵੇਟ ਸੀ, ਜਿੰਨੀ ਹਾਈਪ ਸੀ, ਤੁਸੀਂ ਥੀਏਟਰਾਂ ਦੇ ਵਿੱਚ ਚੱਲ ਚੰਡੀਗੜ੍ਹ ਵਿੱਚ ਆਪ ਹੀ ਪਤਾ ਕਰਕੇ ਦੇਖਿਓ ਤੁਸੀਂ ਕਿੰਨੇ ਲੋਕ ਮੁੜ ਕੇ ਗਏ ਨੇ ਜਿਨ੍ਹਾਂ ਨੂੰ ਨਹੀਂ ਪਤਾ ਲੱਗਿਆ ਸੀ। ਸੋ ਜਿਹੜਾ ਸ਼ੁੱਕਰਵਾਰ ਦਾ ਨੁਕਸਾਨ ਹੈ ਇਹ ਉਹਨਾਂ ਨੇ ਭਰਨਾ ਥੋੜ੍ਹੀ ਹੈ। ਸੋ ਇਹ ਮੈਂ ਵੀ ਨਹੀਂ ਦੁਬਾਰਾ ਭਰ ਸਕਦਾ, ਸ਼ੁੱਕਰਵਾਰ ਦਾ ਸ਼ੁੱਕਰਵਾਰ ਹੀ ਭਰੂਗਾ। ਸੋ ਸ਼ੁੱਕਰਵਾਰ ਤਾਂ ਫਿਲਮ ਕੋਲ ਇੱਕ ਹੀ ਹੁੰਦਾ ਜਿਹੜਾ ਪਹਿਲਾਂ ਹੁੰਦਾ। ਮੈਂ ਇਹ ਕਦੀ ਨੀ ਕਿਹਾ ਕਿ ਉਹਨਾਂ ਨੇ ਮਾੜਾ ਕੀਤਾ, ਉਹਨਾਂ ਦਾ ਨਾਂ ਲਿਆ ਕਰ। ਉਹ ਕਹਿੰਦੇ ਮੈਂ ਆਪ ਨਹੀਂ ਕੰਮ ਕਰਦਾ ਉਹਨਾਂ ਦੇ ਨਾਲ ਜਿਹਨਾਂ ਤੇਰੇ ਨਾਲ ਫਿਲਮ ਲਾਈ, 5 ਸਾਲ ਹੋ ਗਏ, ਕਹਿੰਦੇ ਮੇਰੀ ਕੋਈ ਫਿਲਮ ਆਈ ਹੈ। ਸੋ ਮੈਂ ਇਸ ਕਰਕੇ, ਉਹ ਕਹਿੰਦੇ ਕਲੀਅਰ ਕਰਿਆ ਕਰ। ਸੋ ਇਸ ਕਰਕੇ ਮੈਂ ਕਹਿ ਰਿਹਾ ਉਹਦੇ ਹੀਰੋ ਨੂੰ, ਉਸ ਫਿਲਮ ਦੇ ਹੀਰੋ ਨੂੰ ਅਤੇ ਉਸ ਪ੍ਰੋਡਕਸ਼ਨ ਹਾਊਸ ਦੇ ਜਿਹੜੇ ਡਿਸਟ੍ਰੀਬਿਊਸ਼ਨ ਆ, ਉਹਨਾਂ ਦੋਵਾਂ ਨੂੰ ਮੈਸੇਜ ਕੀਤੇ ਨੇ ਮੇਰੇ ਫੋਨ 'ਚ ਨੇ 10 ਮਈ ਦੇ ਕਿ ਬਾਈ ਸਾਡੀ ਫਿਲਮ ਆਉਣੀ, ਨਾਲ ਆਇਓ। ਉਹਨਾਂ ਨੇ ਉਸ ਮੈਸੇਜ ਦਾ ਰਿਪਲਾਈ ਕੀਤਾ, ਅਸੀਂ ਤੁਹਾਡੇ ਨਾਲ ਆ, ਤੁਸੀਂ ਟੈਨਸ਼ਨ ਨਾ ਲਓ। ਹਾਂ, ਮੈਸੇਜ ਦਾ ਰਿਪਲਾਈ ਮੈਂ ਤੁਹਾਨੂੰ ਭੇਜ ਦੂੰਗਾ, ਤੁਸੀਂ ਲਾ ਲਿਓ ਨਾਲ। ਉਸ ਤੋਂ ਬਾਅਦ ਮੈਂ ਜਦੋਂ ਆ ਗਈ, ਉਹਨਾਂ ਨੇ ਅਨਾਊਂਸ ਕੀਤੀ, ਫਿਰ ਮੈਂ ਉਹਨਾਂ ਨੂੰ ਕਿਹਾ ਕਿ ਆ ਤੁਸੀਂ ਬੜਾ ਗਲਤ ਗੱਲ ਕੀਤਾ, ਕੰਮ ਕੀਤਾ। ਉਹ ਕਹਿੰਦੇ ਸਾਡੀ ਕਾਲ ਨਹੀਂ ਗੀ, ਪ੍ਰੋਡਿਊਸਰ ਦੀ ਕਾਲ ਆ। ਉਹ ਵੀ ਪ੍ਰੋਡਿਊਸਰ ਨਵੇਂ ਹੀ ਨੇ। ਸੋ ਪ੍ਰੋਡਿਊਸਰ ਦੀ ਕਾਲ ਨਹੀਂ ਗੀ, ਉਹਨਾਂ ਦੀ ਆਪਦੀ ਕਾਲ ਆ, ਇਹਦੇ 'ਚ ਕੋਈ ਰੌਲਾ ਨਹੀਂ। ਵੀਰੇ ਨੂੰ 10 ਸਾਲ ਹੋ ਗਏ ਇਸ ਇੰਡਸਟਰੀ 'ਚ ਕੰਮ ਕਰਦੇ ਨੂੰ, ਤੇ ਦੇਸੀ ਜੰਕਸ਼ਨ ਮਿਊਜ਼ਿਕ ਲੇਬਲ ਇਹਨਾਂ ਨੇ ਜਿਹੜਾ ਆਪਦੀ ਮਿਹਨਤ ਦੇ ਨਾਲ ਬਣਾਇਆ। ਬਾਣੀ ਸ਼ੁਰੂ ਤੋਂ ਇਹਨਾਂ ਨਾਲ ਕੰਮ ਕਰਦੀ ਆ, ਤੇ ਬਾਣੀ ਦੇ ਜਿੰਨੇ ਗਾਣੇ ਵੀਰੇ ਨੇ ਲਿਖੇ, ਹੋਰ ਵੀ ਬੜੇ ਲੋਕਾਂ ਦੇ ਗਾਣੇ, ਗਿੱਪੀ ਬਾਈ ਦਾ ਵੀ ਗਾਣਾ, ਬਹੁਤ ਸਾਰੇ ਲੋਕਾਂ ਦੇ ਗਾਣੇ ਇਹਨਾਂ ਨੇ ਲਿਖੇ, ਪਰ ਜਿੰਨੀ ਮਿਹਨਤ ਕੀਤੀ, ਜਿੰਨੀ ਕਮਾਈ ਕੀਤੀ, ਸਾਰੀ ਇਸ ਫਿਲਮ 'ਤੇ ਲਾਈ। ਹੁਣ ਉਸ ਕਮਾਈ ਦਾ ਜਿਹੜਾ ਪਹਿਲਾ ਦਿਨ ਹੈ, ਉਹ ਤੁਸੀਂ ਵੀ ਤਾਂ ਹੀ ਗੱਲ ਕਰੋਗੇ ਨਾ ਜੇ ਪਹਿਲਾ ਦਿਨ ਜਦੋਂ ਵੱਡਾ ਲਾਦਾ ਹੁੰਦਾ ਫਿਲਮ ਨੂੰ। ਸੋ ਉਹ ਜਿਹੜਾ ਪਹਿਲਾ ਦਿਨ, ਉਹ 'ਤੇ ਵਾਰ ਕਰਨਾ, ਉਹ ਐਂ ਹੀ ਆ ਕਿ ਜਦੋਂ ਤੁਸੀਂ ਇੱਕ ਕੋਠੀ ਬਣਾਈ ਅਤੇ ਉਹ ਸਾਰੀ ਦੀ ਸਾਰੀ ਕੋਠੀ ਕੋਈ ਬੰਦਾ ਢਾ ਕੇ ਰਾਤ ਨੂੰ ਚੱਲ ਜੇ, ਤਾਂ ਤੁਸੀਂ ਕਿੱਦਾਂ ਦਾ ਮਹਿਸੂਸ ਕਰੋਗੇ? ਸੋ ਉਹ ਫੀਲਿੰਗ ਹੋ ਗਈ, ਕਿਉਂਕਿ ਸਵੇਰ ਦਾ ਤਾਂ ਇਹ ਪਤਾ ਹੀ ਨਹੀਂ ਲੱਗ ਰਿਹਾ ਯਾਰ ਇਹਨੂੰ ਕਰ ਕੀ ਦਿੱਤਾ ਇਹਨਾਂ ਨੇ ਸਾਡੇ ਨਾਲ। ਸੋ ਬਸ ਇਹ ਇਹਨਾਂ ਦੀ ਇੱਕ ਗੱਲ ਸੀਗੀ ਜਿਹੜੀ ਮਤਲਬ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ। ਰਾਈਟ, ਸੋ ਭਾਈ ਸਾਨੂੰ ਪਤਾ ਇਹ ਲੱਗਿਆ ਵੀ ਸੈਂਸਰ ਦੀ ਕੈਂਜੀ ਵੀ ਚੱਲੀ ਆ ਫਿਲਮ ਤੇ। ਹਾਂ ਚਾਹੀ ਹੈਗੀ ਆ ਮਤਲਬ। ਹਾਂ ਤਾਂ ਉਹ ਜ਼ਾਹਿਰ ਜੀ ਗੱਲ ਆ, ਤੁਸੀਂ ਬਹੁਤ ਇਮੋਸ਼ਨਲ ਹੋ ਕੇ ਫਿਲਮ ਬਣਾਈ ਆ, ਮਿਹਨਤ ਨਾਲ ਫਿਲਮ ਬਣਾਈ ਆ, ਉਹ ਚੀਜ਼ਾਂ ਮਤਲਬ। ਯਾਰ ਉਹਦੇ 'ਚ ਨਾ ਉਹ ਬੜੀ ਲੰਬੀ ਗੱਲ ਆ, ਜੇ ਮੈਂ ਤੁਹਾਨੂੰ ਦੱਸਣ ਲੱਗਿਆ 1/2 ਘੰਟਾ ਲੱਗ ਜਾਣਾ ਉਸ ਗੱਲ ਨੂੰ। ਉਹ ਬਹੁਤ ਮਾੜੀ ਗੱਲ ਆ ਯਾਰ, ਪਰ ਇੰਪੋਰਟੈਂਟ ਆ। ਹਾਂ ਇੰਪੋਰਟੈਂਟ ਬਹੁਤ ਆ, ਪਰ ਮੈਂ ਉਸ ਗੱਲ ਬਾਰੇ ਇਸ ਕਰਕੇ ਗੱਲ ਨਹੀਂ ਕਰਨਾ ਚਾਹੁੰਦਾ ਕਿ ਜਦੋਂ ਨੁਕਸਾਨ ਕਰ ਹੀ ਦਿੱਤਾ ਯਾਰ ਇੰਨਾ, ਹੋਰ ਹੁਣ ਉਹਦੇ ਬਾਰੇ ਜ਼ਿਆਦਾ ਜ਼ਿਆਦਾ ਜ਼ਿਕਰ ਕਰਨਾ, ਮੈਂ ਨਹੀਂ ਚਾਹੁੰਦਾ ਸਾਡੀ ਫਿਲਮ 'ਤੇ ਕੋਈ ਕਿਸੇ ਤਰੀਕੇ ਦੀ ਨੈਗੇਟਿਵਿਟੀ ਅਸੀਂ ਪ੍ਰਮੋਟ ਕਰੀਏ, ਕਿਉਂਕਿ ਸਾਡੀ ਬੜੀ ਮਿਹਨਤ ਨਾਲ ਫਿਲਮ ਬਣਾਈ, ਉਹ ਮਿਹਨਤ ਨਾਲ ਹੀ ਮੈਂ ਚਾਹੁੰਦਾ ਪੋਜ਼ਿਟਿਵਿਟੀ ਨਾਲ ਹੀ ਜਾਵੇ। ਰਾਈਟ, ਸੋ ਜਿਹੜੀ ਹੁਣ ਫਿਲਮ ਸਾਡੇ ਕੋਲ ਪਹੁੰਚੂਗੀ ਕੱਲ੍ਹ ਨੂੰ, ਹਾਂਜੀ, ਉਹ ਮਤਲਬ ਤੁਸੀਂ ਸੈਟੀਸਫਾਈ ਹੋ? ਮਤਲਬ ਤੁਹਾਨੂੰ ਜ਼ਿਆਦਾ ਸੰਤੁਸ਼ਟ ਨਹੀਂ ਮਤਲਬ? ਹਾਂਜੀ ਹਾਂਜੀ, ਉਹ ਤੋਂ ਸੰਤੁਸ਼ਟ ਆ, ਅਸੀਂ ਸਾਡੀ ਕਹਾਣੀ ਨਾਲ ਛੇੜਛਾੜ ਨਹੀਂ ਕੀਤੀ, ਕਹਾਣੀ ਨਾਲ ਛੇੜਛਾੜ ਨਹੀਂ ਕੀਤੀ, ਪਰ ਨਜਾਇਜ਼ ਪੰਗੇ ਲਏ ਨੇ ਬਹੁਤ ਸਾਡੇ ਗਾਣੇ ਕੱਢਦੇ ਫਿਲਮ 'ਚੋਂ। ਸੋ ਸਾਡੇ ਗਾਣੇ ਕੱਢਦੇ ਫਿਲਮ 'ਚੋਂ, ਅਤੇ ਅੱਧੇ ਗਾਣੇ ਅਸੀਂ ਸਰਪ੍ਰਾਈਜ਼ ਰੱਖੇ ਸੀ। ਹਾਂਜੀ ਭਾਜੀ, ਕੋਈ ਤੁਸੀਂ ਗਾਣਾ ਰਾਜਾ ਬਾਈ ਵੱਡਾ ਬਾਈ ਬਦਮਾਸ਼ ਆ, ਰਾਜਾ ਬਾਈ ਬਦਮਾਸ਼ ਆ ਗਾਣਾ ਹੈ, ਇਹ ਗਾਣਾ ਕੱਢਤਾ ਉਹਨਾਂ ਨੇ। ਇਹ ਓਬਜੈਕਸ਼ਨ ਬਸ ਇਹੀ ਕਿ ਪਿੱਛੋਂ ਫੋਨ ਚੱਲ ਜਾਂਦਾ ਭਾਜੀ, ਫਿਰ ਲੱਗ ਫਿਰ ਆਹ ਹੀ ਓਬਜੈਕਸ਼ਨ। ਐਕਚੁਅਲੀ ਬਾਈ ਉਹ ਗਾਣਾ ਮਤਲਬ ਕਿ ਜਿਵੇਂ ਬਾਲੀਵੁੱਡ 'ਚ ਹੁੰਦਾ ਵਾ, ਪੰਜਾਬੀ ਫਿਲਮ 'ਚ ਪਹਿਲੀ ਵਾਰੀ ਗਾਣਾ ਆ ਰਿਹਾ ਸੀ ਉਹ ਲੈਵਲ 'ਤੇ। ਉਹ ਇਕੱਲਾ ਗਾਣਾ ਨਾ ਪਹਿਲੀ ਵਾਰੀ ਪੰਜਾਬੀ ਫਿਲਮ 'ਚ ਐਡੇ ਵੱਡੇ ਲੈਵਲ 'ਤੇ ਅਸੀਂ ਸ਼ੂਟ ਕੀਤਾ ਸੀ ਉਹ ਗਾਣਾ, ਅਤੇ ਉਹ ਗਾਣਾ ਅਸੀਂ ਰਿਲੀਜ਼ ਇਸ ਕਰਕੇ ਨਹੀਂ ਕੀਤਾ ਕਿ ਇਹ ਗਾਣਾ ਫਿਲਮ ਦਾ ਗਾਣਾ ਹੈ।
ਟੀਚਰ ਤੁਸੀਂ ਸੀ ਨਾ ਹਾਂ ਜੀ ਹਾਂ ਜੀ ਜੱਸੀ ਭਾਈ ਥੋੜਾ ਜਿਹਾ ਤੁਸੀਂ ਵੀ ਬੋਲ ਕੇ ਦੱਸੋ ਆਪਣਾ ਕੀ ਵਾਈ ਯੂ ਹੇਅਰ ਐਕਚੁਅਲੀ मैं तो बहुत पॉजिटिव आया है ना इस चीज़ में लैके पर जो आ चीज़ हुई मैनू नहीं पता सी भी इदा भी होंगे क्योंकि मैं जो कदम फिल्म कीतिया ही नहीं है तो सुखना भी रोहनी सारा कुछ सामभ लेंगे वो चीज़ा मेरे तक नहीं आदि पर जो मैं पता लगा ना कि इदा फलानी कंपनी कर रही है तो मैं बड़ा ज़्यादा हर्ट हुआ कि मेरा तो सब तो व्डा गाँव ही हूं तक उस कंपनी के तो इन्ने उन्होंने 15-20 फिल्म ने कमा के देने जिन्ना उन्होंने एक गाँव कमा के दे गया बंदा वो चीज़ का तो रिकॉर्ड करेगा ਸਾਡੀ ਤਾਂ ਪਹਿਲੀ ਮੂਵੀ ਆ ਤੁਹਾਨੂੰ ਸਗੋਂ ਖੁਸ਼ੀ ਹੋਣੀ ਚਾਹੀਦੀ ਆ ਉਸ ਚੀਜ਼ ਦੀ ਉਹਨਾਂ ਦੇ ਚੈਨਲ 'ਤੇ ਵੀ ਮੈਨੂੰ ਲੱਗਦਾ ਉਹੀ ਸੌਂਗ ਆ ਸਭ ਤੋਂ ਵੱਡਾ ਬਾਕੀ ਮੈਨੂੰ ਪਤਾ ਨਹੀਂ ਆ ਕਿ ਪਰ ਫਿਰ ਵੀ ਇੱਦਾਂ ਹਰਟ ਹੁੰਦਾ ਕਿ ਯਾਰ ਖੜਨ ਦੀ ਬਜਾਏ ਉਹ ਬੰਦੇ ਲੱਤਾਂ ਖਿੱਚਦੇ ਆ ਸੋ ਜੈ ਤਾਂ ਆਲਰੇਡੀ ਉਹ ਚੀਜ਼ਾਂ ਦੀ ਯੂਜ਼ ਟੂ ਹੀ ਆ ਪਰ ਫਿਰ ਵੀ ਦੁੱਖ ਤਾਂ ਸਾਰਿਆਂ ਨੂੰ ਲੱਗਦਾ ਪਹਿਲੀ ਮੂਵੀ ਇਸ ਲੈਵਲ 'ਤੇ ਅਸੀਂ ਕੀਤੀ ਹੈ ਨਾ ਸਿਨੇਮਾ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਫਿਰ ਵੀ ਆਹ ਚੀਜ਼ਾਂ ਹੁੰਦੀਆਂ बस मैं यार मैं चलो जो करना इन्हें कर लिया सारी ਚੜ੍ਹਦੀ ਕਲਾ ਦਿਲ ਨਹੀਂ ਫਿਲਮ ਚ ਸੋ ਸਾਨੂੰ ਬੜੀ ਉਮੀਦ ਆ ਤੇ ਪੂਰਾ ਭਰੋਸਾ ਵੀ ਆ ਕਿ ਕੋਈ ਗੱਲ ਨਹੀਂ ਸ਼ੁੱਕਰਵਾਰ ਸਾਡਾ ਖਰਾਬ ਕੀਤਾ ਤੇ ਸ਼ਨੀਵਾਰ ਨੂੰ ਪਰਮਾਤਮਾ ਮਿਹਰ ਕਰੇ ਤੁਸੀਂ ਸਾਰੇ ਜਾਣੇ ਫਿਲਮ ਦੇਖ ਕੇ ਜ਼ਰੂਰ ਦੱਸੋ ਤੁਹਾਨੂੰ ਕਿਵੇਂ ਲੱਗੀ ਅਤੇ ਆਡੀਅੰਸ ਜਿੰਨੇ ਵੀ ਆ ਜਿੱਥੇ ਤੱਕ ਵੀ ਇੰਟਰਵਿਊ ਸਾਡੀ ਪਹੁੰਚਦੀ ਆ ਉੱਥੇ ਉੱਥੇ ਤੱਕ ਸਾਡੀ ਫਿਲਮ ਜ਼ਰੂਰ ਸ਼ਨੀਵਾਰ ਨੂੰ ਦੇਖ ਕੇ ਆਓ ਉਹ ਔਨਲਾਈਨ ਵੀ ਹੈ ਹੈ ਨਾ ਸੋ ਇਹਦੇ ਵਿੱਚ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਬਾਕੀ ਮੈਂ ਜਦੋਂ ਇੰਟਰਵਿਊ ਕੀਤੀ ਮੈਂ ਗੱਲ ਕਹੀ ਸੀ ਸਾਰੇ ਜਿੰਨੇ ਜਿੰਨੇ ਇੰਟਰਵਿਊ ਕੀਤੀ ਮੈਂ ਕਿਹਾ ਜਦੋਂ ਤੁਸੀਂ ਕਿਸੇ ਉਹ ਦੂਜੀ ਫਿਲਮ ਦੀ ਇੰਟਰਵਿਊ ਕਰਦੇ ਉਹਨਾਂ ਨੂੰ ਪੁੱਛੋ ਤਾਂ ਸਹੀ ਕਿ ਕਿੱਦਾਂ ਦਾ ਮਹਿਸੂਸ ਲੱਗਦਾ ਜਦੋਂ ਤੁਸੀਂ ਕਿਸੇ ਦਾ ਖਰਾਬ ਕਰਦੇ ਕੰਮ ਕਿ ਉੱਦਾਂ ਦੇ ਤੁਸੀਂ ਗੈਰਤ ਦੀਆਂ ਗੱਲਾਂ ਕਰਦੇ ਆ ਉੱਦਾਂ ਤੁਸੀਂ ਕਹਿੰਦੇ ਅਸੀਂ ਪੰਜਾਬ ਦੇ ਪੋਤਾਂ ਤੇ ਤੁਸੀਂ ਪੰਜਾਬ ਦੇ ਸਟੇਜ ਤੇ ਆ ਹਾਂ ਤੇ ਉਹ ਮਤਲਬ ਉੱਦਾਂ ਅਸੀਂ ਇਹ ਆ ਅਸੀਂ ਉਹ ਆ ਤੇ ਤੁਸੀਂ ਆਪਣੇ ਨਾਲ ਦਿਆਂ ਦਾ ਹੀ ਕੰਮ ਖਰਾਬ ਕਰਦੇ ਹੋ 10 ਸਾਲ ਪੁਰਾਣੇ ਜਾਣਦੇ ਨੇ ਮੈਨੂੰ ਉਹ ਵੀ ਜਿਹੜਾ ਹੀਰੋ ਵੀ ਆ ਤੇ ਜਿਹੜੇ ਡਿਸਟ੍ਰੀਬਿਊਟਰ ਵੀ ਨੇ ਸੋ ਪਤਾ ਨਹੀਂ ਕਿਉਂ ਮੈਂ ਤੁਹਾਨੂੰ ਕੁਐਸਚਨ ਕੀਤਾ ਸੀਗਾ ਕਿ ਤੁਸੀਂ ਸਾਰੇ ਜਾਣੇ ਜ਼ਰੂਰ ਜਾ ਕੇ ਪੁੱਛਿਓ ਜਦੋਂ ਇੰਟਰਵਿਊ ਕਰੋਗੇ ਕਿਉਂਕਿ ਤੁਸੀਂ ਸਾਰੇ ਮੈਨੂੰ ਪੁੱਛਦੇ ਹੋ ਕਿ ਭਾਜੀ ਦੋ ਫਿਲਮਾਂ ਇੱਕ ਡੇਟ 'ਤੇ ਆ ਜਾਂਦੀਆਂ ਨੇ ਕਿ ਲੋਕ ਇੱਦਾਂ ਕਰਦੇ ਅਤੇ ਮੈਂ ਕਿਹਾ ਤੁਸੀਂ ਸਾਰਿਆਂ ਨੇ ਜਾ ਕੇ ਉਹਨਾਂ ਨੂੰ ਨਹੀਂ ਪੁੱਛਿਆ ਕਿ ਇੱਦਾਂ ਕਿਉਂ ਕੀਤਾ ਸੋ ਮੈਂ ਦੇਖਿਆ ਇੰਟਰਵਿਊਆਂ ਕਿਸੇ ਨੇ ਨਹੀਂ ਪੁੱਛਿਆ ਸੀ ਇਹਦੇ ਲਈ ਤੁਹਾਡੇ ਸਾਰਿਆਂ ਵੱਲੋਂ ਵੀ ਤੁਹਾਡਾ ਮਨ ਉਦਾਸ ਹੋਇਆ ਕਿਉਂਕਿ ਤੁਸੀਂ ਜਵਾਨ ਹੋ ਤੁਸੀਂ ਫਿਰ ਜੇ ਇੱਕ ਪਾਸੇ ਹੋ ਕੇ ਗੱਲ ਕਰੋਗੇ ਤਾਂ ਤੁਹਾਡੇ ਲਈ ਵੀ ਠੀਕ ਗੱਲ ਨਹੀਂ ਗਈ ਇਹਦਾ ਮਤਲਬ ਤੁਸੀਂ ਇਮਾਨਦਾਰ ਨਹੀਂ ਹੈਗੇ ਆਪਣੇ ਕੰਮ ਲਈ ਸੋ ਤੁਹਾਨੂੰ ਵੀ ਪੁੱਛਣਾ ਚਾਹੀਦਾ ਸੀ ਜਿਹੜਾ ਨਹੀਂ ਪੁੱਛਿਆ ਚਲੋ ਅੱਗੇ ਜਦੋਂ ਕਦੀ ਵੀ ਤੁਹਾਡਾ ਮੌਕਾ ਮਿਲਿਆ ਜ਼ਰੂਰ ਪੁੱਛਿਓ ਕਿ ਇੱਦਾਂ ਕਿਸੇ ਦਾ ਨੁਕਸਾਨ ਕਰਕੇ ਕਿੱਦਾਂ ਦਾ ਮਹਿਸੂਸ ਹੁੰਦਾ ਤੁਹਾਨੂੰ ਕਲਾਕਾਰ ਕੋਈ ਏਡਾ ਉਹ ਨੀ ਹੈਗਾ ਹਰ ਬੰਦੇ ਦਾ ਦੇਖਦੇ ਰਹਿੰਦੇ ਕੌਣ ਕੀ ਕਰਦਾ ਪਰ ਮੈਂ ਜਵਾਬ ਚਾਹੁੰਦਾ ਸੀ ਯਾਰ ਕਿ ਨਾ ਕਿੱਦਾਂ ਦਾ ਮਹਿਸੂਸ ਹੁੰਦਾ ਸੋ ਉਹਨਾਂ ਤੋਂ ਵੀ ਜਿਹੜੇ ਡਿਸਟ੍ਰੀਬਿਊਟਰ ਵੀ ਨੇ ਤੇ ਹੀਰੋ ਤੋਂ ਵੀ ਕਿਉਂਕਿ ਦੋਵਾਂ ਨੇ ਮੇਰੇ ਕੋਲ ਮੈਸੇਜ ਮੈਂ ਵੀ ਮੈਸੇਜ ਕੀਤਾ 10 ਤਰੀਕ ਨੂੰ ਵੀਰੇ ਨੇ ਵੀ ਕੀਤਾ ਸਾਨੂੰ ਤਾਂ ਕਿਹਾ ਹੀ ਨਹੀਂ ਕੋਈ ਚੱਕਰ ਨਹੀਂ ਕਿਹਾ ਨਾਲ ਆ ਤੁਹਾਡੇ ਚਲੋ ਕੋਈ ਨਹੀਂ ਹਨਾ ਥੈਂਕ ਯੂ ਤੇ ਤੁਸੀਂ ਪਲੀਜ਼ ਯਾਰ ਫਿਲਮ ਨੂੰ ਸਾਰਿਆਂ ਨੇ ਸਪੋਰਟ ਕਰਿਓ ਸਾਡੀ ਨੂੰ ਕੱਲ੍ਹ ਫਿਲਮ ਆਉਣੀ ਆ ਜਿੰਨੀ ਜਲਦੀ ਹੋ ਸਕਦਾ ਉਨੀ ਜਲਦੀ ਫਿਲਮ ਨੂੰ ਟਿਕਟਾਂ ਬੁੱਕ ਕਰਾ ਕੇ ਤੁਸੀਂ ਦੇਖ ਕੇ ਆਓ
देख के जरूर दस्यो ते मैक्सिमम लोगों के रिव्यूज शेयर करो फिल्म देखने तो बाद। सो बहुत बहुत धन्यवाद फिर तो सारा का तुम आए स्पैशल टाइम कट के। सो दिलों शुक्रिया साड़ी सारी टीम वालों मैडल टीम वालों ते बस इदा ही तुम नाल रहो हमेशा। हाँ जी थैंक यू।